ਸਤਿ ਸ਼੍ਰੀ ਅਕਾਲ ਭਾਜੀ, ਗੁੱਡ ਮਾਰਨਿੰਗ ਸਾਰਿਆਂ ਨੂੰ, ਕਿਵੇਂ ਹੋ? ਦੇਖੋ, ਮੇਰੇ ਹਜੇ ਤੱਕ 2 ਸਬਸਕ੍ਰਾਈਬਰ ਹੋਏ ਨੇ, ਪਰ ਮੈਂ ਉਹ 2 ਸਬਸਕ੍ਰਾਈਬਰਸ ਵਾਸਤੇ ਵੀ ਵੀਡੀਓ ਬਣਾਉਂਦਾ ਰਹੂੰਗਾ, ਚਾਹੇ ਮੇਰੇ 2 ਹੀ ਰਹਿਣ, ਚਾਹੇ ਮੈਨੂੰ 1 ਵਿਊ ਆਵੇ, ਕਿਉਂਕਿ ਹਰ ਇੱਕ ਸਬਸਕ੍ਰਾਈਬਰ, ਹਰ ਇੱਕ ਵਿਊਅਰ ਕੀਮਤੀ ਹੁੰਦਾ ਤੁਹਾਡੇ ਲਈ। ਅਤੇ ਸਵੇਰ ਹੋ ਚੁੱਕੀ ਹੈ, ਆਪਾਂ ਜਾ ਰਹੇ ਹਾਂ ਆਪਣੀ ਕਚਹਿਰੀ ਵਾਲੇ ਪਾਸੇ ਨੂੰ। ਆ ਗਈ ਹੈ ਕਚਹਿਰੀ, ਹੁਣ ਮੈਂ ਗੱਡੀ ਪਾਰਕਿੰਗ ਦੀ ਜਗ੍ਹਾ ਲੱਭ ਰਿਹਾ, ਇੱਥੇ ਲੋਕ ਖੜੇ ਆ, ਲੱਸੀ ਵਾਲਾ ਬਾਈ ਆ ਗਿਆ, ਅਤੇ ਜਗ੍ਹਾ ਲੱਭਦਾ, ਦੇਖਦਾ ਕੀ ਬਣਦਾ ਹੁਣ। ਬਾਕੀ ਵੀਰ ਜਿਹੜੇ ਵਿਊ ਕਰਦੇ ਨੇ, ਕਾਇੰਡਲੀ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ, ਹੋਰ ਕੁਛ ਨਹੀਂ, ਹੌਸਲਾ ਅਫਜਾਈ ਹੋ ਜਾਂਦੀ ਹੈ। ਦੇਖੋ, ਸ਼ੁਰੂ ਸ਼ੁਰੂ 'ਚ ਵੀਡੀਓ ਇੱਦਾਂ ਦੀ ਹੀ ਬਣਦੀ ਹੁੰਦੀ ਆ, ਕਿਉਂਕਿ ਮੈਂ ਅਨਐਕਸਪੀਰੀਅੰਸਡ ਬੰਦਾ ਬਿਲਕੁਲ। ਹੌਲੀ ਹੌਲੀ ਇਹਨੂੰ ਠੀਕ ਕਰੂੰਗਾ, ਪਤਾ ਲੱਗਣਗੀਆਂ ਖਾਮੀਆਂ ਪੇਸ਼ੀਆਂ ਕੀ ਹੈ। ਪਾਰਕਿੰਗ ਦੀ ਜਗ੍ਹਾ ਕੋਈ ਵੀ ਨਹੀਂ ਮਿਲ ਰਹੀ ਕਚਹਿਰੀ 'ਚ, ਇਹ ਬੜੀ ਪ੍ਰੋਬਲਮ ਹੈ ਭਾਜੀ। ਇੱਥੇ ਆ ਕੇ ਅੰਦਰਲੇ ਪਾਸੇ ਆਪਾਂ ਗੱਡੀ ਲਾਈ ਦੀ ਨਹੀਂ, ਬਾਹਰ ਹੀ ਲਾ ਦੀ ਦੀ ਹੈ, ਇੱਥੇ ਚੜ੍ਹਾ ਕੇ ਲਾ ਦਿੰਦੇ ਹਾਂ ਉੱਪਰ। ਹਾਂਜੀ, ਲਓ ਬਾਈ ਜੀ, ਸਾਰਾ ਦਿਨ ਕੰਮ ਕਰਨ ਤੋਂ ਬਾਅਦ ਹੁਣ ਨਿਕਲਿਆ, ਤਾਂ ਕਿ 10 ਕੁ ਮਿੰਟ ਮੈਂ ਸ਼ਹਿਰ 'ਚ ਗੇੜੀ ਮਾਰ ਕੇ ਵੀਡੀਓ ਬਣਾ ਦੇਵਾਂ। ਆ ਗਿਆ ਮੈਂ ਜੀ, ਹੀਰੋ ਬੇਕਰੀ ਚੌਂਕ ਆ ਗਿਆ ਵਾਂ। ਇੱਥੇ ਪੁਲ ਬਣਦਾ ਪਿਆ, ਸਾਹਮਣੇ ਜਾਣ ਦਾ ਰਸਤਾ ਬੰਦ ਕੀਤਾ ਹੋਇਆ। ਮੈਂ ਆਇਆ ਵਾਂ ਭਾਈ ਵਾਲੇ ਚੌਂਕ ਵਾਲੇ ਪਾਸਿਓਂ, ਖੱਬੇ ਹੱਥ ਚਲੀ ਜਾਂਦੀ ਹੈ ਮੋਲ ਟਾਊਨ ਰੋਡ, ਆ ਸਾਹਮਣੇ ਬੰਦ ਕੀਤੀ ਹੋਈ ਹੈ ਰੋਡ ਕਿਉਂਕਿ ਪੁਲ ਬਣ ਰਿਹਾ। ਅਤੇ ਸੱਜੇ ਹੱਥ ਮੈਂ ਹੋ ਜਾਊਂਗਾ, ਇੱਧਰ ਸਾਰੀ ਸਮਾਰਟ ਰੋਡ ਡਿਵੈਲਪ ਹੋ ਰਹੀ ਹੈ, ਅਤੇ ਮੈਂ ਇੱਧਰ ਜਾ ਕੇ ਫਿਰ ਕਿਪਸ ਮਾਰਕੀਟ ਗੇੜੀ ਮਾਰੂੰਗਾ। ਲਓ ਜੀ, ਮੈਂ ਹੁਣ ਹੋ ਗਿਆ ਵਾਂ ਸੱਜੇ ਹੱਥ ਆ ਗਈ ਆਪਣੇ ਮਲਹਾਰ ਰੋਡ 'ਤੇ। ਮਲਹਾਰ ਰੋਡ ਹੁਣ ਪੂਰੀ ਤਰ੍ਹਾਂ ਸਮਾਰਟ ਰੋਡ ਬਣ ਰਹੀ ਹੈ। ਆਹ ਦੇਖੋ, ਸਾਈਡਾਂ 'ਤੇ ਟਾਈਲਾਂ ਲੱਗਣੀਆਂ ਸ਼ੁਰੂ ਹੋ ਗਈਆਂ, ਇੱਥੇ ਸਾਰਾ ਮਤਲਬ ਵਧੀਆ ਸਿਸਟਮ ਹੋ ਜਾਣਾ ਵਾ, ਤਾਰਾਂ ਅੰਡਰਗਰਾਊਂਡ ਹੋ ਜਾਣੀਆਂ ਨੇ, ਕਿਉਂਕਿ ਈਵਨ ਇੱਥੇ ਸਾਈਕਲ ਟਰੈਕ ਵੀ ਬਣ ਰਿਹਾ ਵਾ ਅਲੱਗ ਲੋਕਾਂ ਵਾਸਤੇ। ਮਤਲਬ ਵਧੀਆ ਰੋਡ ਹੋਊਗੀ ਆਉਣ ਵਾਲੇ ਟਾਈਮ 'ਚ। ਲਾਈਟਾਂ ਲੂਟਾਂ ਜਿਹੀਆਂ ਬੰਦ ਪਈਆਂ, ਇਹ ਪਤਾ ਨਹੀਂ ਸਮਾਰਟ ਰੋਡ ਬਣ ਰਹੀ ਹੈ, ਲਾਈਟਾਂ ਬੰਦ ਹੈ, ਪਰ ਲਓ ਜੀ ਆ ਗਈ ਲੁਧਿਆਣਾ ਦੀ ਸਮਾਰਟ ਮਾਰਕੀਟ। ਵਾਹ ਜੀ ਵਾਹ, ਚਾਰ ਰੌਣਕਾਂ ਨੇ। ਮਾਰਕੀਟ ਦੇ ਅੰਦਰ ਮੈਂ ਲੈ ਰਿਹਾ ਹੁਣ, ਲੋਕਾਂ ਦਾ ਹਾਲ, ਐਂਟਰੀ 'ਤੇ ਹੀ ਕਾਰਾਂ ਲਾਈ ਜਾਂਦੇ ਆ, ਕੋਈ ਹਾਲ ਨਹੀਂ। ਉਹ ਦੇਖੋ ਕਿੰਨਾ ਵਧੀਆ ਫੁਹਾਰਾ ਚੱਲਦਾ ਪਿਆ, ਵਧੀਆ ਚੱਲਦਾ ਪਿਆ। ਅਤੇ ਲੁਧਿਆਣਾ ਦੀ ਸਮਾਰਟ ਮਾਰਕੀਟ ਗੱਲ ਸਾਰੀ ਵਧੀਆ, ਪਾਰਕਿੰਗ ਲਾ ਦੇ ਆ, ਟ੍ਰੀ ਸਾਹਮਣੇ ਜਿਹੜਾ ਬੋਰਡ ਲੱਗਿਆ ਹੋਇਆ ਬਿਲਕੁਲ, ਆ ਦੇਖੋ ਵੀ ਲਵ ਲੁਧਿਆਣਾ। ਹਾਂ ਬਾਈ, ਪਿੱਛੇ ਕਰੀ ਜਾਂਦਾ, ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦੇ ਜਾਣਾ ਕਿੱਧਰ ਨੂੰ। ਅੱਛਾ, ਗੱਡੀ ਪਾਰਕਿੰਗ ਦੀ ਜਗ੍ਹਾ ਲਾਲਚ ਪੈ ਹੀ ਜਾਂਦਾ ਭਾਈ। ਵੈਲਕਮ ਟੂ ਸਰਾਭਾ ਨਗਰ ਮਾਰਕੀਟ, ਆਹ ਸਰਾਭਾ ਨਗਰ ਮਾਰਕੀਟ ਹੈ ਜੀ, ਪੋਸ਼ ਲੋਕੈਲਿਟੀ ਲੁਧਿਆਣੇ ਦੀ। ਉਹੀ ਕੋ ਮਾਰਕੀਟ ਕੰਟੀਨਿਊ ਕੀਤੀ ਆ, ਬਾਈ ਨੇ ਨਿਕਲਣ ਨੂੰ ਟਾਈਮ ਲਾਤਾ ਸੀ ਤਾਂ ਕਰਕੇ ਮੈਂ ਵੀਡੀਓ ਬੰਦ ਕਰਤੀ ਸੀ। ਆਹ ਸਾਹਮਣੇ ਐਡਵਰਟੀਜ਼ਮੈਂਟ ਬੋਰਡ ਲੱਗਿਆ ਹੋਇਆ, ਇਹ ਸ਼ਾਇਦ ਕੈਮਰੇ ਸਾਈਜ਼ ਨੂੰ ਕੈਪਚਰ ਨਾ ਕਰ ਪਾਵੇ, ਪਰ ਇਹਦਾ ਸਾਈਜ਼ ਜਿਵੇਂ ਜਿਵੇਂ ਹੁਣ ਨੇੜੇ ਜਾਂਦੇ ਆ ਤੁਹਾਨੂੰ ਪਤਾ ਲੱਗਦਾ ਹੋਣਾ। ਹਾਂ ਦੇਖੋ ਕਿੰਨਾ ਵੱਡਾ ਇਹਦਾ ਸਾਈਜ਼। ਹੁਣ ਕਿਪਸ ਮਾਰਕੀਟ ਤੋਂ ਨਿਕਲ ਗਿਆ, ਹੁਣ ਮੈਂ ਜਾਂਦਾ ਇੱਥੋਂ ਸੱਜੇ ਪਾਸੇ ਨੂੰ, ਇਹ ਦੇਖ ਗਿਆ ਨੋ ਫਾਰਮਰ ਨੋ ਫੂਡ। ਸੱਚੀ ਗੱਲ ਹੈ ਬਾਈ ਜੀ, ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜਿੰਨੇ ਆ ਕਿਸਾਨ ਅੰਦੋਲਨ ਨੂੰ ਸਪੋਰਟ ਕਰੋ ਵੱਧ ਤੋਂ ਵੱਧ, ਚਾਹੇ ਉਹ ਕਿਸਾਨ ਹੈ ਜਾਂ ਨਹੀਂ ਹੈ। ਹੁਣ ਗੈਸ ਸਿਲੰਡਰਾਂ ਦਾ ਦੇਖ ਲਓ, ਗੈਸ ਸਿਲੰਡਰਾਂ ਦਾ ਕੀ ਕੀਤਾ ਮੋਦੀ ਨੇ, ਸਾਰਿਆਂ ਨੂੰ ਫ੍ਰੀ ਸਿਲੰਡਰ ਦੇ ਕੇ
ਹੁਣ ਬਾਅਦ ਚੋਂ ਸਿਲੰਡਰ ਦੀ ਸਬਸਿਡੀ ਵੀ ਖਤਮ ਕਰਤੀ। ਆਹ ਸਾਈਡ 'ਤੇ ਆ ਗਿਆ ਜੀ ਸਟਾਰਬਕ, ਰੂਦਰਾ ਟਾਵਰ ਹੈ। ਆ ਗਿਆ ਜੀ ਸਟਾਰਬਕ। ਆ ਵੀ ਹੁਣ ਕਾਫੀ ਮਾਰਕੀਟ ਵੈਲਪ ਹੋ ਰਹੀ ਹੈ। ਆਹ ਦੇਖੋ ਜੀ ਘੁਮਾਰ ਮੰਡੀ ਦੀ, ਵਾਹ 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 ਰੌਣਕਾਂ ਦੇਖੋ ਘੁਮਾਰ ਮੰਡੀ ਦੀਆਂ। ਉੱਪਰ ਝਾਲਰਾਂ ਲੱਗੀਆਂ ਹੋਈਆਂ, ਸਾਹਮਣੇ ਕਿਆ ਬਾਤ ਹੈ ਜੀ, ਕਿਆ ਬਾਤ ਹੈ। ਇਹ ਤਾਂ ਨਿਊਯਾਰਕ ਦਾ ਟਾਈਮ ਸਕੇਅਰ ਲੱਗ ਰਿਹਾ ਮੈਨੂੰ। ਵੱਡੀ ਉਹਦੀ ਕਮੀ ਹੈ ਸਕ੍ਰੀਨ ਦੀ, ਬਾਈਕ ਦੀ ਜੀਪ ਦੇ ਟਾਇਰ ਸੋਹਣੇ ਪਵਾਏ ਹੋਏ ਸੀਗੇ। ਕੁਦਰਤੀ ਗੱਲ ਆ, ਜੇ ਆਪਾਂ ਨੂੰ ਰਸ਼ ਵੀ ਨਹੀਂ ਮਿਲ ਰਿਹਾ। ਬਾਕੀ ਆ ਦੇਖ ਕਿਆ ਸੋਹਣੀ ਲੱਗ ਰਹੀ ਘੁਮਾਰ ਮੰਡੀ, ਕਿਆ ਲਾਈਟਸ ਲਗਾਈਆਂ ਹੋਈਆਂ ਦੋਨੋਂ ਪਾਸੇ, ਵਧੀਆ ਲਾਈਟਾਂ ਲਾਈਆਂ ਹੋਈਆਂ ਨੇ। ਬਾਈ ਮੈਂ ਅੱਜ ਵੀਡੀਓ ਤਾਂ ਛੋਟੀ ਬਣਾਊਂਗਾ, ਪਰ ਫਿਰ ਵੀ ਮੈਂ ਤੁਹਾਨੂੰ ਇਹੀ ਦੱਸ ਰਿਹਾ ਵੀ ਚਾਹੇ 2 ਸਬਸਕ੍ਰਾਈਬਰ ਹੈ ਮੇਰੇ, ਚਾਹੇ 4 ਹੈ, ਚਾਹੇ 1 ਹੈ, ਚਾਹੇ ਇਕੱਲੇ ਵਿਊਜ਼ ਹੈ ਸਬਸਕ੍ਰਾਈਬਰ ਕੋਈ ਨਹੀਂ, ਪਰ ਇੱਕ ਜਣਾ ਤਾਂ ਦੇਖ ਰਿਹਾ ਨਾ, ਮੇਰੇ ਵਾਸਤੇ ਉਨੀ ਵੱਡੀ ਗੱਲ ਹੈ। ਜੇ ਕੋਈ ਇੱਕ ਵੀ ਦੇਖ ਰਿਹਾ ਤਾਂ ਮੈਂ ਉਹਦੇ ਵਾਸਤੇ ਵੀ ਉਨੀ ਮਿਹਨਤ ਕਰੂੰਗਾ ਜਿੰਨੀ ਮੈਂ ਲੱਖਾਂ ਵਾਸਤੇ ਕਰੂੰਗਾ ਅੱਗੇ ਜਾ ਕੇ। ਲੱਖ ਵੀ ਜਾਣਗੇ ਕਿ ਨਹੀਂ, ਕਰ ਦਿਆ ਕਰੋ ਬਾਈ ਸਬਸਕ੍ਰਾਈਬ। ਇੱਥੇ ਆ ਕੇ ਥੋੜ੍ਹੀ ਘੱਟ ਗਈ ਆ ਰੌਣਕ, ਪਿੱਛੇ ਚੰਗੀ ਰੌਣਕ ਸੀ ਮੈਨੂੰ ਲੱਗਦਾ। ਹਾਂ ਹੈਗੀ ਆ, ਹੈਗੀ ਆ, ਇੱਥੇ ਵੀ ਲਾਈਟਾਂ ਲਾਈਆਂ ਹੋਈਆਂ ਨੇ। ਹਾਂਜੀ ਹੋਊਗਾ। ਆਹ ਦੇਖੋ ਸਾਹਮਣੇ ਪੇੜ ਕਿਵੇਂ ਜਗਮਗ ਕਰ ਰਿਹਾ, ਲਾਈ ਹੋਈ ਆ। ਬਸ ਹੁਣ ਮੈਂ ਵੀ ਅੱਗੇ ਮਾਮੇ ਖੜੇ ਆ, 2 ਮਿੰਟ ਮੈਂ ਫੋਨ ਹੁਣ ਵੀਡੀਓ ਤਾਂ ਇੱਥੇ ਕੱਟ ਕਰ ਲੂੰਗੀ, ਫਿਰ ਬਣਾਉਣਾ। ਪਹੁੰਚ ਗਏ ਹਾਂ ਭਾਰਤ ਨਗਰ ਚੌਂਕ। ਇਹ ਛੋਟੀ ਜਿਹੀ ਵੀਡੀਓ ਬਣਾਈ ਹੈ ਲੁਧਿਆਣੇ ਦੀ, ਤਾਂ ਕਿ ਜਿਹੜੇ ਮੇਰੇ ਕੋਈ ਵੀ ਵੀਰ ਭਰਾ, ਚਾਹੇ 2 ਵਿਊ ਵਾਲੇ ਆ, ਚਾਹੇ 1 ਵਿਊ ਵਾਲਾ, ਉਹਦੇ ਵਾਸਤੇ ਮੈਂ ਵੀਡੀਓ ਬਣਾਈ ਹੈ। ਅਤੇ ਜਿਹੜੇ ਮੇਰੇ 2-4 ਸਬਸਕ੍ਰਾਈਬਰ ਹੈ, ਮੈਂ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਹਿੰਦਾ। ਟਾਈਮ ਉਹੀ ਕੱਲ੍ਹ ਦਾ 8:15 ਹੋ ਚੁੱਕੇ ਆ, ਅਤੇ ਸਾਰਿਆਂ ਨੂੰ ਗੁੱਡ ਨਾਈਟ, ਖਿਆਲ ਰੱਖੋ ਆਪਣਾ। ਗੁੱਡ ਨਾਈਟ, ਬਾਏ, ਕੱਲ੍ਹ ਮਿਲਦੇ ਹਾਂ ਵੀਰ ਫਿਰ।